ਹੁਣ ਰਾਜੀਨਾਮਾ ਕਰਾ ਰਹੇ ਆ ਤੁਸੀਂ ਕੱਲ ਸਮਝੋ ਪਲੀਜ਼ ਹੁਣ ਹਰਪਾਲ ਚੀਮਾ ਤੇ ਭਗਵੰਤ ਮਾਨ ਤਰਸੀਮ ਕਪੂਰ ਜੋਨੀ ਕਪੂਰ ਤੇ ਫਰਾਰੀ ਦਾ ਆ ਮੀਨ ਸ਼ਰਾਰੀ ਦਾ ਰਾਜੀਨਾਮਾ ਕਰਾ ਰਹੇ ਆ ਕਿ ਸ਼ਰਾਰੀ ਸਾਹਿਬ ਦੀ ਫਰਾਰੀ ਸਾਹਿਬ ਨਾਲ ਬਣਾਉਣੀ ਪੈ ਜੇ ਇਹਨਾਂ ਦਾ ਰਾਜੀਨਾਮਾ ਕਰਵਾਇਆ ਜਾ ਰਿਹਾ ਚੀਫ ਮਿਨਿਸਟਰ ਆਫਿਸ ਇਨਵੋਲਡ ਹੈ ਤੁਸੀਂ ਵੇਖ ਲਓ ਕਿ ਹੁਣ ਕਰਪਸ਼ਨ ਦੇ ਮਾਮਲੇ ਚ ਮਾਰਕਫੇਟ ਦੀ ਠੱਗੀ ਆ ਬੋਰੀਆਂ ਜਿਹੜੀ ਗਰੀਬ ਲੋਕਾਂ ਨੂੰ ਮਿਲਣਿਆ ਸੀ ਆਟਾ ਉਹਦੀ ਠੱਗੀ ਦਾ ਮਾਮਲਾ ਔਰ ਐਕਸ਼ਨ ਕਰਨ ਦੀ ਜਗ੍ਹਾ ਜਿਹੜੀ ਆਡੀਓ ਤੁਸੀਂ ਕਿਸੇ ਨੇ ਨਹੀਂ ਸੁਣੀ ਸਿੰਘਲਾ ਸਾਹਿਬ ਦੀ ਉਹਨੂੰ ਤਾਂ ਬਰਖਾਸਤ ਕਰਤਾ ਮੁੜ ਕੇ ਬਰਖਾਸਤ ਕਰਨ ਤੋਂ ਬਾਅਦ ਡਰਾਮਾ ਰਚਣ ਤੋਂ ਬਾਅਦ ਅੱਜ ਤੱਕ ਚਾਰਟ ਸੀਟ ਨਹੀਂ ਫਾਈਲ ਕੀਤੀ ਸਾਰੇ ਸਰਕਾਰੀ ਪ੍ਰੋਗਰਾਮ ਤੇ ਜੁਵੀਰਾ ਦੇ ਨਾਲ ਉਹ ਨਾਲ ਬਹਿ ਰਹੇ ਦੋਰੇ ਮਾਪ ਡੰਡ ਹੋ ਗਏ ਜਿਹੜੀ ਆਡੀਓ ਦੁਨੀਆ ਨੇ ਸੁਣ ਲਈ ਸਾਹਮਣੇ ਆ ਗਈ ਉਹਦੇ ਵਾਸਤੇ ਇਹ ਬਹਿ ਬਹਿ ਰਾਤ ਨੇ ਰਾਜੀਨਾਮੇ ਕਰਾਰੇ ਹਰੇ ਇਹਨਾਂ ਨੇ অথੈਨਟੀਸਿਟੀ ਚੈੱਕ ਕਰਨੀ ਹੈ ਮਤਲਬ ਕਾਰਵਾਈ ਕਰਨੀ ਕੋਈ ਨਹੀਂ ਸਰਪਾਚ ਜੀ ਮੈਂ ਕਹਿੰਦਾ ਇਹ ਦਰਦ ਇਹ ਦਰਦ ਇਹ ਕਿ ਜੇ ਜੇ ਸਰਾਰੀ ਸਾਹਿਬ ਤੇ ਐਕਸ਼ਨ ਲੈ ਲਿਆ ਇਹਨਾਂ ਨੂੰ ਇਹ ਡਰ ਆ ਕਿ ਸਰਾਰੀ ਸਾਹਿਬ ਕਈ ਸਾਡੀਆਂ ਪਰਤਾਂ ਖੋਲਣਗੇ ਇਹ ਤਾਂ ਹੁਣ ਆਪਰੇਸ਼ਨ ਕਵਰ ਅਪ ਹੁਣ ਰਾਜੀਨਾਮਾ ਕਰਾ ਰਹੇ ਆ ਤੁਸੀਂ ਗੱਲ ਸਮਝੋ ਪਲੀਜ਼ ਹੁਣ ਹਰਪਾਲ ਚੀਮਾ ਤੇ ਭਗਵੰਤ ਮਾਨ ਤਰਸ਼ੇਮ ਕਪੂਰ ਜੋਨੀ ਕਪੂਰ ਤੇ ਫਰਾਰੀ ਦਾ ਆਈ ਮੀਨ ਸਰਾਰੀ ਦਾ ਰਾਜੀਨਾਮਾ ਕਰਾ ਰਹੇ ਆ ਕੀ ਸਰਾਰੀ ਸਾਹਿਬ ਦੀ ਫਰਾਰੀ ਸਾਹਿਬ ਨਾਲ ਬਣਾਉਣੀ ਪੈ ਜੇ ਇਹਨਾਂ ਦਾ ਰਾਜੀਨਾਮਾ ਕਰਵਾਇਆ ਜਾ ਰਿਹਾ ਚੀਫ ਮਿਨਿਸਟਰ ਆਪਰੇਟ ਇਨਵੋਲਡ ਹੈ ਤੁਸੀਂ ਵੇਖ ਲਓ ਕਿ ਹੁਣ ਕਰਪਸ਼ਨ ਦੇ ਮਾਮਲੇ ਚ ਮਾਰਕਫੈਟ ਦੀ ਠੱਗੀ ਆ ਬੋਰੀਆਂ ਜਿਹੜੀ ਗਰੀਬ ਲੋਕਾਂ ਨੂੰ ਮਿਲਣਿਆ ਸੀ ਆਟਾ ਉਹਦੀ ਠੱਗੀ ਦਾ ਮਾਮਲਾ ਔਰ ਐਕਸ਼ਨ ਕਰਨ ਦੀ ਜਗਾ ਜਿਹੜੀ ਆਡੀਓ ਤੁਸੀਂ ਕਿਸੇ ਨੇ ਨਹੀਂ ਸੁਣੀ ਸਿੰਗਲਾ ਸਾਹਿਬ ਦੀ ਉਹਨੂੰ ਤਾਂ ਬਰਖਾਸ ਕਰਤਾ ਮੁੜ ਕੇ ਬਰਖਾਸ ਕਰਨ ਤੋਂ ਬਾਅਦ ਡਰਾਮਾ ਰਚਣ ਤੋਂ ਬਾਅਦ ਅੱਜ ਤੱਕ ਚਾਰਟ ਸ਼ੀਟ ਨਹੀਂ ਫਾਈਲ ਕੀਤੀ ਸਾਰੇ ਸਰਕਾਰੀ ਪ੍ਰੋਗਰਾਮ ਤੇ ਜੁਵੀਰਾਂ ਦੇ ਨਾਲ ਉਹ ਨਾਲ ਬਹਿ ਰਹੇ ਆ ਦੋਰੇ ਮਾਪ ਦੰਡ ਹੋ ਗਏ ਜਿਹੜੀ ਆਡੀਓ ਦੁਨੀਆ ਨੇ ਸੁਣ ਲਈ ਸਾਹਮਣੇ ਆ ਗਈ ਉਹਦੇ ਵਾਸਤੇ ਇਹ ਬਹਿ ਬਹਿ ਰਾਤ ਨੇ ਰਾਜੀਨਾਮੇ ਕਰਾਰੇ ਹਰੇ ਇਹਨਾਂ ਨੇ অথੈਨਟੀਸਿਟੀ ਚੈੱਕ ਕਰਨੀ ਮਤਲਬ ਕਾਰਵਾਈ ਕਰਨੀ ਕੋਈ ਨਹੀਂ ਸਰਪਾਚ ਜੀ ਮੈਂ ਕਹਿੰਦਾ ਇਹ ਚਾਹਦੇ ਆ ਕਿ ਜੇ ਜੇ ਸਰਾਰੀ ਸਾਹਿਬ ਤੇ ਐਕਸ਼ਨ ਲੈ ਲਿਆ ਇਨਾਂ ਨੂੰ ਇਹ ਡਰ ਆ ਕਿ ਸ਼ਰਾਰੀ ਸਾਹਿਬ ਕਈ ਸਾਡੀਆਂ ਪਰਤਾਂ ਖੋਲਣਗੇ ਇਹ ਤਾਂ ਹੁਣ ਆਪਰੇਸ਼ਨ ਕਵਰ ਅਪ ਹੁਣ ਰਾਜੀਨਾਮਾ ਕਰਾ ਰਹੇ ਆ ਤੁਸੀਂ ਗੱਲ ਸਮਝੋ ਪਲੀਜ਼ ਹੁਣ ਹਰਪਾਲ ਚੀਮਾ ਤੇ ਭਗਵੰਤ ਮਾਨ ਤਰਸ਼ੀਮ ਕਪੂਰ ਜੋਨੀ ਕਪੂਰ ਤੇ ਫਰਾਰੀ ਦਾ ਆਈ ਮੀਨ ਸ਼ਰਾਰੀ ਦਾ ਰਾਜੀਨਾਮਾ ਕਰਾ ਰਹੇ ਆ ਕਿ ਸ਼ਰਾਰੀ ਸਾਹਿਬ ਦੀ ਫਰਾਰੀ ਸਾਹਿਬ ਨਾਲ ਬਣਾਉਣੀ ਪੈ ਜੇ ਇਹਨਾਂ ਦਾ ਰਾਜੀਨਾਮਾ ਕਰਵਾਇਆ ਜਾ ਰਿਹਾ ਚੀਫ ਮਿਨਿਸਟਰ ਆਪਰੇਚ ਇਨਵੋਲਡ ਹੈ ਤੁਸੀਂ ਵੇਖ ਲਓ ਕਿ ਹੁਣ ਕਰਪਸ਼ਨ ਦੇ ਮਾਮਲੇ ਚ ਮਾਰਕਫੈਟ ਦੀ ਠੱਗੀ ਆ ਬੋਰੀਆਂ ਜਿਹੜੀ ਗਰੀਬ ਲੋਕਾਂ ਨੂੰ ਮਿਲਣਿਆ ਸੀ ਆਟਾ ਉਹਦੀ ਠੱਗੀ ਦਾ ਮਾਮਲਾ ਔਰ ਐਕਸ਼ਨ ਕਰਨ ਦੀ ਜਗਾ ਜਿਹੜੀ ਆਡੀਓ ਤੁਸੀਂ ਕਿਸੇ ਨੇ ਨਹੀਂ ਸੁਣੀ ਸਿੰਘਲਾ ਸਾਹਿਬ ਦੀ ਉਹਨੂੰ ਤਾਂ ਬਰਖਾਸਤ ਕਰਤਾ ਮੁੜ ਕੇ ਬਰਖਾਸਤ ਕਰਨ ਤੋਂ ਬਾਅਦ ਡਰਾਮਾ ਰਚਣ ਤੋਂ ਬਾਅਦ ਅੱਜ ਚਾਟ ਸ਼ੀਟ ਨਹੀਂ ਫਾਈਲ ਕੀਤੀ ਸਾਰੇ ਸਰਕਾਰੀ ਪ੍ਰੋਗਰਾਮ ਦੇ ਵਿੱਚ ਵਜ਼ੀਰਾਂ ਦੇ ਨਾਲ ਉਹ ਨਾਲ ਬਹਿ ਰਹੇ ਆ ਦੋਰੇ ਮਾਪਦੰਡ ਹੋ ਗਏ ਜਿਹੜੀ ਆਡੀਓ ਦੁਨੀਆ ਨੇ ਸੁਣ ਲਈ ਸਾਹਮਣੇ ਆ ਗਈ ਉਹਦੇ ਵਾਸਤੇ ਇਹ ਬਹਿ ਬਹਿ ਰਾਤ ਨੇ ਰਾਜੀਨਾਮੇ ਕਰਾਰੇ ਹਰੇ ਇਹਨਾਂ ਨੇ অথেন্টিਸਿਟੀ ਚੈੱਕ ਕਰਨੀ ਹੈ ਮਤਲਬ ਕਾਰਵਾਈ ਕਰਨੀ ਕੋਈ ਨਹੀਂ ਸਰਪੰਚ ਮੈਂ ਕਹਿੰਦਾ ਇਹ ਦਰਦੇ ਆ ਕਿ ਜੇ ਜੇ ਸਰਾਰੀ ਸਾਹਿਬ ਤੇ ਐਕਸ਼ਨ ਲੈ ਲਿਆ ਇਹਨਾਂ ਨੂੰ ਇਹ ਡਰ ਆ ਕਿ ਸਰਾਰੀ ਸਾਹਿਬ ਕਈ ਸਾਡੀਆਂ ਪਰਤਾਂ ਖੋਲਣਗੇ ਇਹ ਤਾਂ ਹੁਣ ਆਪਰੇਸ਼ਨ ਕਵਰ ਅਪ